ਹੈਲੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਪੰਜਾਬ ਜੀਕੇ ਦਾ ਪਾਰਟ 8 ਲੈ ਕੇ حاضر ਹੋਏ ਆਂ ਪਹਿਲੇ 7 ਪਾਰਟ ਆਪਾਂ ਆਲਰੇਡੀ ਅਪਲੋਡ ਕਰ ਦਿੱਤੇ ਨੇ ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ ਆਦਰਵਾਇਜ਼ ਤੁਸੀਂ ਆਪਣੇ ਚੈਨਲ ਤੇ ਵਿਜ਼ਿਟ ਕਰੋ ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ ਮਾਡਰਨ ਹਿਸਟਰੀ ਦੀ ਤੇ ਪੰਜਾਬ ਜੀਕੇ ਦੀ ਉੱਥੇ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ ਤੁਸੀਂ ਸਾਰੀਆਂ ਦੇਖ ਸਕਦੇ ਹੋ ਆਪਣੀ ਤਿਆਰੀ ਨੂੰ ਚੰਗੀ ਤਰ੍ਹਾਂ ਕਰ ਲਈ ਸਾਰੀਆਂ ਵੀਡੀਓ ਦੇਖਣੀਆਂ ਤੁਹਾਡੇ ਲਈ ਇੰਪੋਰਟੈਂਟ ਨੇ ਇਹ ਜਿਹੜੀ ਪੰਜਾਬ ਜੀ ਕੀ ਦੀ ਆਪਣੀ ਸੀਰੀਜ਼ ਹੈ ਇਹ ਸਿਰਫ ਮੇਨ ਐਗਜ਼ਾਮ ਲਈ ਹੀ ਨਹੀਂ ਸਗੋਂ ਜਿਹੜਾ ਪਹਿਲਾ ਐਗਜ਼ਾਮ ਹੋਣਾ ਹੈ ਜਿਹੜਾ ਪੰਜਾਬੀ ਦਾ ਕੁਆਲੀਫਾਈਂਗ ਨੇਚਰ ਹੋਣਾ ਉਹਦੇ ਵਿੱਚ ਵੀ ਇਹ ਵੀਡੀਓ ਤੁਹਾਨੂੰ ਬਹੁਤ ਫਾਇਦਾ ਦੇਊਗੀ ਇਹਦੇ ਵਿੱਚੋਂ ਬਹੁਤ ਕੁਐਸਚਨ ਤੁਹਾਨੂੰ ਦੇਖਣ ਨੂੰ ਉਹਦੇ ਵਿੱਚ ਮਿਲਣਗੇ ਠੀਕ ਹੈ ਜੀ ਜੇਕਰ ਤੁਹਾਨੂੰ ਮੇਰੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਠੀਕ ਹੈ ਜੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਠੀਕ ਹੈ ਜ ਮਾਡਰਨ ਹਿਸਟਰੀ ਦਾ ਜਿਹੜਾ ਆਪਣਾ ਬੈਚ ਆ ਉਹ ਕੰਪਲੀਟ ਹੋ ਗਿਆ ਇਸ ਤੋਂ ਬਾਅਦ ਪੋਲੀਟੀ ਤੇ ਜੀਓਗ੍ਰਾਫੀ ਦੇ ਬੈਚ ਆਉਣਗੇ 10-10 ਵੀਡੀਓ ਆਉਣਗੀਆਂ ਠੀਕ ਹੈ ਜੀ ਇਹਦੇ ਨਾਲ ਆਪਾਂ 100-100 MCQ ਇਹਨਾਂ ਦਾ ਕਵਰ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਟੌਪਿਕ ਵਾਈਜ਼ ਵੀਡੀਓ ਵੀ ਲੈ ਕੇ ਆਵਾਂਗੇ ਇਨ ਬਿਟਵੀਨ ਮੈਰਾਥਨ ਸੈਸ਼ਨ ਵੀ ਆਉਣਗੇ ਜਿਵੇਂ ਇੱਕ ਪੋਲੀਟੀ ਦੀ ਵੀਡੀਓ ਆ ਰਹੀ ਹੈ ਜਿਹਦੇ ਵਿੱਚ ਇੱਕ ਵੀਡੀਓ ਦੇ ਵਿੱਚ ਸਾਰੇ ਆਰਟੀਕਲ ਆਪਾਂ ਕੰਪਲੀਟ ਕਰ ਦਾਂਗੇ ਬਹੁਤ ਜਲਦੀ ਆਪਾਂ ਉਹ ਅਪਲੋਡ ਕਰ ਦਾਂਗੇ ਠੀਕ ਹੈ ਜੀ ਤੇ ਮੀਡੀਵਲ ਹਿਸਟਰੀ ਐਂਸ਼ੀਅੰਟ ਹਿਸਟਰੀ ਸਾਰੇ ਨਾਲ ਰਿਲੇਟਡ ਵੀਡੀਓਜ਼ ਤੁਹਾਡੇ ਕੋਲੇ ਆਉਣਗੀਆਂ ਤਾਂ ਅੱਜ ਦੀ ਵੀਡੀਓ ਆਪਾਂ ਸਟਾਰਟ ਕਰਦੇ ਹਾਂ ਅੱਜ ਦੇ ਪਹਿਲੇ ਕੁਐਸਚਨ ਦੇ ਨਾਲ ਅੱਜ ਦਾ ਜਿਹੜਾ ਆਪਣਾ ਪਹਿਲਾ ਕੁਐਸਚਨ ਹੈ ਉਹ ਖਾਲਸਾ ਕਾਲਜ ਕਦੋਂ ਬਣਿਆ ਖਾਲਸਾ ਕਾਲਜ ਵਾਸ ਫਾਊਂਡੇਡਡ ਇਨ 1890 1892 1894 ਜਾਂ 1895 ਇਹ ਆਪਾਂ ਪੰਜਾਬ ਦਾ ਓਵਰਵਿਊ ਲੈ ਰਹੇ ਹਾਂ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਟੌਪਿਕ ਵਾਈਜ਼ ਵੀਡੀਓ ਲੈ ਕੇ ਆਵਾਂਗੇ ਜਿਵੇਂ ਪੰਜਾਬ ਦੇ ਸੱਭਿਆਚਾਰ ਨਾਲ ਰਿਲੇਟਡ ਪੰਜਾਬ ਦੇ ਇਕੱਲੇ-ਇਕੱਲੇ ਜ਼ਿਲ੍ਹੇ ਨੂੰ ਆਪਾਂ ਕਵਰ ਕਰਾਂਗੇ ਠੀਕ ਹੈ ਜੀ ਤਾਂ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਹੈ ਆਨਸਰ ਨੰਬਰ 2 1892 ਈਸਵੀ ਦੇ ਵਿੱਚ ਖਾਲਸਾ ਕਾਲਜ ਬਣਿਆ ਸੀ ਆਪਣਾ ਕਿੱਥੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਠੀਕ ਹੈ ਜੀ ਬਹੁਤ ਪੁਰਾਣਾ ਕਾਲਜ ਹੈ ਇਹ ਤੇ ਇਹ ਤੁਹਾਨੂੰ ਕੁਐਸਚਨ ਆ ਸਕਦਾ ਹੈ ਪੇਪਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਠੀਕ ਹੈ ਜੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਯਾਦ ਰੱਖਣਾ ਠੀਕ ਹੈ ਜੀ ਕਿਉਂਕਿ ਜਿਹੜੇ ਆਪਣੇ ਫੇਮਸ ਆਪਣੇ ਪੰਜਾਬ ਦੇ ਵਿੱਚ ਜਿਵੇਂ ਪੰਜਾਬੀ ਯੂਨੀਵਰਸਿਟੀ ਹੋਗੀ ਪੰਜਾਬ ਯੂਨੀਵਰਸਿਟੀ ਹੋਗੀ ਠੀਕ ਹੈ ਇਹਨਾਂ ਦੀ ਤੁਹਾਨੂੰ ਫਾਊਂਡੇਸ਼ਨ ਮਤਲਬ ਕਦੋਂ ਫਾਊਂਡ ਕੀਤੇ ਗਏ ਨੇ ਇਹ ਤੁਹਾਨੂੰ ਪੁੱਛ ਸਕਦੇ ਆ ਠੀਕ ਹੈ ਜੀ ਤਾਂ ਇਹਦਾ ਜਿਹੜਾ ਆਨਸਰ ਹੈ ਉਹ ਆਨਸਰ ਨੰਬਰ 2 1892 ਕਿੱਥੇ ਅੰਮ੍ਰਿਤਸਰ ਦੇ ਵਿੱਚ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਕਦੋਂ ਹੋਈ ਵੈਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਸਟੈਬਲਿਸ਼ਡ ਇਹ ਵੀ ਤੁਸੀਂ ਯਾਦ ਰੱਖਣਾ ਚਾਰ ਆਪਸ਼ਨ ਨੇ ਤੁਹਾਡੇ ਕੋਲ 20 ਅਪ੍ਰੈਲ 1961 30 ਅਪ੍ਰੈਲ 1962 25 ਮਈ 1962 ਜਾਂ 20 ਮਾਰਚ 1960 ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਆਨਸਰ ਨੰਬਰ 2 30 ਅਪ੍ਰੈਲ 1962 ਈਸਵੀ ਨੂੰ ਆਪਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਹ ਬਣੀ ਸੀ ਠੀਕ ਹੈ ਜੀ 30 ਅਪ੍ਰੈਲ 1962 ਐਗਜ਼ੈਕਟ ਡੇਟ ਤੁਸੀਂ ਇਹ ਯਾਦ ਰੱਖਣੀ ਹੈ ਠੀਕ ਹੈ ਜੀ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਥਾਪਨਾ ਕਦੋਂ ਹੋਈ ਵੈਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇਸਟੈਬਲਿਸ਼ਡ ਇੱਥੇ ਮੈਂ ਪੀਏਐਨ ਇਹ ਮੈਂ ਤਾਂ ਕਰਕੇ ਪਾਇਆ ਕਿਉਂਕਿ ਜੇ ਤੁਸੀਂ ਪੰਜਾਬ ਯੂਨੀਵਰਸਿਟੀ ਦੀ ਮਤਲਬ ਆਫੀਸ਼ੀਅਲ ਸਾਈਟ ਖੋਲੋਗੇ ਜਾਂ ਇਹਦਾ ਪ੍ਰੋਸਪੈਕਟ ਲਾਉਂਗੇ ਤੋ ਤੇ ਪੰਜਾਬ ਜਿਹੜਾ ਉਹ ਐਵੇਂ ਪਾਇਆ ਹੋਇਆ ਪੀ ਏ ਐਨ ਪਾਇਆ ਹੋਇਆ ਪੀ ਯੂ ਐਨ ਨਹੀਂ ਪਾਇਆ ਹੋਇਆ ਪੀ ਯੂ ਐਨ ਜਦੋਂ ਆਪਣੇ ਅੰਗਰੇਜ਼ ਆਏ ਸੀ ਉਸ ਤੋਂ ਬਾਅਦ ਇਹਨਾਂ ਨੇ ਪ੍ਰੋਨਨਸिएशन ਦੀ ਮਤਲਬ ਚੇਂਜ ਕਰਤੀ ਸੀ ਪਹਿਲਾਂ ਇਹ ਐਵੇਂ ਪੈਂਦਾ ਸੀ ਆਪਣਾ ਪੰਜਾਬ ਪੀ ਏ ਐਨ ਜੇ ਏ ਬੀ ਠੀਕ ਹੈ ਜੀ ਤਾਂ ਪੰਜਾਬ ਯੂਨੀਵਰਸਿਟੀ ਦਾ ਸਪੈਲਿੰਗ ਵੀ ਤੁਸੀਂ ਦੇਖ ਲਓ ਐਵੇਂ ਹੀ ਨੇ ਠੀਕ ਹੈ ਤਾਂ ਚਾਰ ਆਪਸ਼ਨ ਨੇ ਤੁਹਾਡੇ ਕੋਲ 1880 1881 1882 ਜਾਂ 1982 ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਹੈ ਆਨਸਰ ਨੰਬਰ 3 1882 ਈਸਵੀ ਦੇ ਵਿੱਚ ਆਪਣੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹੜੀ ਹੋਏ ਬਣੀ ਹੈ ਠੀਕ ਹੈ ਜੀ ਤਾਂ ਇਹ ਤੁਸੀਂ ਯਾਦ ਰੱਖਣਾ 1882 ਈਸਵੀ ਦੇ ਵਿੱਚ ਇਹ ਤਿੰਨ ਜਿਹੜੇ ਆਪਣੇ ਸਿੱਖਿਆ ਦੇ ਆਧਾਰੇ ਨੇ ਬਹੁਤ ਇੰਪੋਰਟੈਂਟ ਨੇ ਤੁਸੀਂ ਯਾਦ ਰੱਖਣੇ ਨੇ ਠੀਕ ਹੈ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਠੀਕ ਹੈ ਜੀ ਅਗਲਾ ਜਿਹੜਾ ਆਪਣਾ ਕਵੈਸਚਨ ਹੈ ਪਟਿਆਲਾ ਦਾ ਸ਼ੀਸ਼ ਮਹਿਲ ਕਿੰਨਾ ਦੌਰਾਂ ਬਣਾਇਆ ਗਿਆ ਸ਼ੀਸ਼ ਮਹਿਲ ਪਟਿਆਲਾਬਾਜ਼ ਬਿਲਟ ਬਾਈ ਇਹ ਕਵੈਸਚਨ ਮੈਂ ਕਈ ਵਾਰੀ ਦੇਖਿਆ ਪੇਪਰਾਂ ਦੇ ਵਿੱਚ ਉਤੋਂ ਤੱਕ ਕਰਕੇ ਮੈਂ ਇਹ ਕਵੈਸਚਨ ਇੱਥੇ ਪੁੱਟ ਕੀਤਾ ਬਹੁਤ ਇੰਪੋਰਟੈਂਟ ਕਵੈਸਚਨ ਹੈ ਅੱਗੇ ਵੀ ਤੁਹਾਨੂੰ ਇਹ ਦੇਖਣ ਨੂੰ ਮਿਲ ਸਕਦਾ ਚਾਰ ਆਪਸ਼ਨ ਨੇ ਤੁਹਾਡੇ ਕੋਲ ਮਹਾਰਾਜਾ ਯਾਦਵਿੰਦਰ ਸਿੰਘ ਮਹਾਰਾਜਾ ਭੁਪਿੰਦਰ ਸਿੰਘ ਮਹਾਰਾਜਾ ਨਰਿੰਦਰ ਸਿੰਘ ਜਾਂ ਬਾਬਾ ਆਲਾ ਸਿੰਘ ਪਟਿਆਲੇ ਸ਼ੀਸ਼ ਮਹਿਲ ਬਹੁਤ ਫੇਮਸ ਹੈ ਤਾਂ ਇਸ ਕਵੈਸਚਨ ਦਾ ਜਿਹੜਾ ਆਨਸਰ ਹੈ ਉਹ ਹੈ ਆਨਸਰ ਨੰਬਰ ਤਿੰਨ ਮਹਾਰਾਜਾ ਨਰਿੰਦਰ ਸਿੰਘ ਨੇ ਬਣਾਇਆ ਹੋਇਆ ਹੈ ਠੀਕ ਹੈ ਤਾਂ ਜ਼ਿਆਦਾਤਰ ਬੱਚੇ ਮਹਾਰਾਜਾ ਯਾਦਵਿੰਦਰ ਸਿੰਘ ਜਾਂ ਮਹਾਰਾਜਾ ਭពਿੰਦਰ ਸਿੰਘ ਨੂੰ ਲਾ ਕੇ ਆਉਂਦੇ ਹੁੰਦੇ ਨੇ ਤਾਂ ਕਿ ਉਹ ਤੁਹਾਡਾ ਜਿਹੜਾ ਇਹ ਕੁਐਸਚਨ ਹੈ ਇਹ ਗਲਤ ਹੋ ਜਾਂਦਾ ਠੀਕ ਹੈ ਬਹੁਤ ਵਾਰ ਦੇਖਿਆ ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਹੈ ਮਹਾਰਾਜਾ ਨਰਿੰਦਰ ਸਿੰਘ ਠੀਕ ਹੈ ਜੀ ਤਿੰਨ ਨੰਬਰ ਆਪਸ਼ਨ ਯਾਦ ਰੱਖਣਾ ਇਹ ਪੱਕਾ ਇਹ ਤੁਸੀਂ ਯਾਦ ਕਰ ਲਿਓ ਚੰਗੀ ਤਰ੍ਹਾਂ ਇਹ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ ਪੇਪਰਾਂ ਦੇ ਵਿੱਚ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਰਸੀਦੀ ਟਿਕਟ ਕਿਸ ਦੀ ਆਤਮਕਥਾ ਰਸੀਦੀ ਟਿਕਟ ਇਸ ਦਾ ਆਟੋ ਬਾਇਓਗ੍ਰਾਫੀ ਆਫ ਹੂ ਦਿਲੀਪ ਕੋਰ ਟਿਵਾਨਾ ਅਮਰਤਾ ਪ੍ਰੀਤਮ ਸ਼ਿਵ ਕੁਮਾਰ ਬਟਾਲਵੀ ਜਾਂ ਅਵਤਾਰ ਸਿੰਘ ਪਾਸ਼ ਇਹ ਆਪਾਂ ਜਿਹੜਾ ਪੰਜਾਬੀ ਲਿਟਰੇਚਰ ਹੈ ਇਹਦੇ ਵਿੱਚ ਇਹਦੇ ਤੇ ਆਪਾਂ ਸਪੈਸ਼ਲ ਸੀਰੀਜ਼ ਲੈ ਕੇ ਆਵਾਂਗੇ ਠੀਕ ਹੈ ਸਪੈਸ਼ਲ ਤੁਹਾਨੂੰ ਸਾਰੇ ਟੌਪਿਕ ਕਵਰ ਕਰਵਾਏ ਜਾਣਗੇ ਇਹ ਇੱਕ ਵਾਰ ਆਪਾਂ ਇੱਕ ਓਵਰਵਿਊ ਲੈ ਰਹੇ ਹਾਂ ਇਹ ਬਹੁਤ ਫੇਮਸ ਹੈ ਬੁੱਕ ਹੈ ਜਿਹੜੀ ਹੈ ਰਸੀਦੀ ਟਿਕਟ ਕਿਹਦੀ ਆਟੋ ਬਾਇਓਗ੍ਰਾਫੀ ਹੈ ਇਹ ਤਾਂ ਇਸ ਕੁਸ਼ਨ ਦਾ ਜਿਹੜਾ ਆਨਸਰ ਹੈ ਉਹ ਆਨਸਰ ਨੰਬਰ 2 ਅਮਰਤਾ ਪ੍ਰੀਤਮ ਜੀ ਦੀ ਆਟੋ ਬਾਇਓਗ੍ਰਾਫੀ ਹੈ ਇਹ ਠੀਕ ਹੈ ਸਿੱਧੀ ਟਿੱਕਟ ਇਹ ਤੁਸੀਂ ਯਾਦ ਰੱਖਣਾ ਇੱਕ ਇਹਨਾਂ ਦਾ ਮੈਗਜ਼ੀਨ ਹੈ ਮੈਂ ਉੱਥੇ ਨੀਚੇ ਮੈਂਸ਼ਨ ਕੀਤਾ ਹੋਇਆ ਹੈ ਨਾਗਮਣੀ ਇਹ ਬਹੁਤ ਮਸ਼ਹੂਰ ਹੈ ਠੀਕ ਹੈ ਮੈਗਜ਼ੀਨ ਆਉਂਦਾ ਇਹਨਾਂ ਦਾ ਨਾਗਮਣੀ ਇਹ ਵੀ ਅਮਰਤਾ ਪ੍ਰੀਤਮ ਜੀ ਦਾ ਹੈ ਇਹ ਵੀ ਆ ਸਕਦਾ ਤੁਹਾਨੂੰ ਪੇਪਰਾਂ 'ਚ ਠੀਕ ਹੈ ਜੀ ਅਗਲਾ ਜਿਹੜਾ ਆਪਣਾ ਕੁਸ਼ਨ ਹੈ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਜ਼ਿਆਦਾ ਜੰਗਲ ਪਾਏ ਜਾਂਦੇ ਨੇ ਵਿਚ ਡਿਸਟ੍ਰਿਕਟ ਹੈਜ਼ ਦੀ ਲਾਰਜੈਸਟ ਫੋਰੈਸਟ ਏਰੀਆ ਇਨ ਪੰਜਾਬ ਚਾਰ ਆਪਸ਼ਨ ਨੇ ਤੁਹਾਡੇ ਕੋਲ ਹੁਸ਼ਿਆਰਪੁਰ ਤਰਨਤਾਰਨ ਰੋਪੜ ਜਾਂ ਗੁਰਦਾਸਪੁਰ ਫੋਰੈਸਟ ਏਰੀਆ ਜ਼ਿਆਦਾਤਰ ਕਿੱਥੇ ਹੈ ਆਪਣੇ ਪੰਜਾਬ ਦੇ ਵਿੱਚ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇਹ ਕੁਸ਼ਚਨ ਵੀ ਆਪਾਂ ਨੂੰ ਆ ਸਕਦਾ ਹੈ ਤਾਂ ਇਸ ਕੁਸ਼ਚਨ ਦਾ ਜਿਹੜਾ ਆਨਸਰ ਹੈ ਉਹ ਆਨਸਰ ਨੰਬਰ 1 ਹੁਸ਼ਿਆਰਪੁਰ ਦੇ ਵਿੱਚ ਜ਼ਿਆਦਾ ਜੰਗਲ ਪਾਏ ਜਾਂਦੇ ਹਨ ਇਹ ਤੇ ਇੱਕ ਟ੍ਰਿਕ ਵੀ ਹੈ ਕਿ ਜਿੱਥੋਂ ਦੇ ਲੋਕ ਜ਼ਿਆਦਾ ਹੁਸ਼ਿਆਰ ਨੇ ਠੀਕ ਹੈ ਜ਼ਿਆਦਾ ਇੰਟੈਲੀਜੈਂਟ ਨੇ ਉਹ ਬੰਦੇ ਜ਼ਿਆਦਾ ਰੁੱਖ ਲਾਉਂਦੇ ਨੇ ਠੀਕ ਹੈ ਤਾਂ ਕਰਕੇ ਉੱਥੇ ਜ਼ਿਆਦਾਤਰ ਜੰਗਲ ਪਾਈ ਜਾਂਦੇ ਨੇ ਠੀਕ ਹੈ ਤਾਂ ਹੁਸ਼ਿਆਰਪੁਰ ਤੁਸੀਂ ਯਾਦ ਰੱਖਣਾ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਪੰਜਾਬ ਦੀ ਸਭ ਤੋਂ ਵੱਡੀ ਅਨਾਜ ਮੰਡੀ ਕਿਹੜੀ ਹੈ ਵਿਚ ਇਜ਼ ਦਾ ਬਿਗੇਸਟ ਗ੍ਰੇਨ ਮਾਰਕੀਟ ਆਫ ਪੰਜਾਬ ਇਹ ਸਿਰਫ ਪੰਜਾਬ ਦੀ ਹੀ ਨਹੀਂ ਸਗੋਂ ਪੂਰੇ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੈ ਇਹ ਠੀਕ ਹੈ ਤੁਸੀਂ ਯਾਦ ਰੱਖਣਾ ਬਹੁਤ ਇੰਪੋਰਟੈਂਟ ਹੈ ਇਹ ਕੁਐਸਚਨ ਕਈ ਵਾਰੀ ਆਇਆ ਹੋਇਆ ਪੇਪਰਾਂ ਦੇ ਵਿੱਚ ਚਾਰ ਆਪਸ਼ਨ ਨੇ ਤੁਹਾਡੇ ਕੋਲ ਲੁਧਿਆਣਾ ਮੋਗਾ ਖੰਨਾ ਜਾਂ 올 ਆਫ ਦੀ ਅਬ ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਹੈ ਆਨਸਰ ਨੰਬਰ 3 ਖੰਨੇ ਦੀ ਮੰਡੀ ਹੈ ਠੀਕ ਹੈ ਜੀ ਜਿਹੜੀ ਖੰਨੇ ਦੀ ਅਨਾਜ ਮੰਡੀ ਹੈ ਇਹ ਸਿਰਫ ਪੰਜਾਬ ਦੀ ਹੀ ਨਹੀਂ ਸਗੋਂ ਏਸ਼ੀਆ ਦੀ ਬਿਗੇਸਟ ਗ੍ਰੇਨ ਮਾਰਕੀਟ ਹੈ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਣਾ ਚੰਗੀ ਤਰ੍ਹਾਂ ਖੰਨਾ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਪੰਜਾਬ ਦੀਆਂ ਲੋਕ ਸਭਾ ਦੀਆਂ ਕਿੰਨੀਆਂ ਸੀਟਾਂ ਨੇ ਹਾਊ ਮੈਨੀ ਲੋਕ ਸਭਾ ਸੀਟਸ ਇਨ ਪੰਜਾਬ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਆਪਣੀ ਪੋਲਿਟੀ ਬਾਰੇ ਵੀ ਕਿ ਪੰਜਾਬ ਦੀ ਪੋਲਿਟੀਕਲ ਪੰਜਾਬ ਦੀ ਸਿਆਸਤ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਠੀਕ ਹੈ ਜੀ 12 13 15 ਜਾਂ 17 ਇਹ 10 ਸੈਸ਼ਨ ਲਿਆਉਣ ਦਾ ਮਕਸਦ ਇਹੀ ਹੈ ਕਿ ਤੁਹਾਡਾ 베ਸ ਤਿਆਰ ਹੋ ਜੇ ਤੇ ਜਿਹੜੇ ਬੱਚੇ ਪੜ੍ਹ ਰਹੇ ਨੇ ਉਹਨਾਂ ਦੀ ਰਿਵੀਜ਼ਨ ਹੋ ਜੇ ਠੀਕ ਹੈ ਜੀ ਤਾਂ ਇਸ ਤੋਂ ਬਾਅਦ ਆਪਾਂ ਕੱਲਾ ਕੱਲਾ ਟੌਪਿਕ ਇਹਦਾ ਕਵਰ ਕਰਾਂਗੇ ਠੀਕ ਹੈ ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਹੈ ਆਨਸਰ ਨੰਬਰ 2 ਠੀਕ ਹੈ ਆਨਸਰ ਨੰਬਰ 2 ਮੈਂ ਇੱਥੇ ਪਾਉਣਾ ਭੁੱਲ ਗਿਆ 13 ਸੀਟਾਂ ਨੇ ਆਪਣੀਆਂ ਲੋਕ ਸਭਾ ਦੀਆਂ ਠੀਕ ਹੈ ਤੁਸੀਂ ਯਾਦ ਰੱਖਣਾ ਲੋਕ ਸਭਾ ਦੀਆਂ ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ 13 ਸੀਟਾਂ ਰਾਜ ਸਭਾ ਦੀਆਂ ਕਿੰਨੀਆਂ ਸੱਤ ਸੀਟਾਂ ਤੇ ਵਿਧਾਨ ਸਭਾ ਦੀਆਂ ਕਿੰਨੀਆਂ 117 ਸੀਟਾਂ ਇਹ ਤੁਸੀਂ ਚੰਗੀ ਤਰ੍ਹਾਂ ਯਾਦ ਰੱਖਣਾ ਰਾਜ ਸਭਾ ਦੀਆਂ 7 ਵਿਧਾਨ ਸਭਾ ਦੀਆਂ 117 ਤੇ ਲੋਕ ਸਭਾ ਦੀਆਂ 13 ਅਗਲਾ ਜਿਹੜਾ ਆਪਣਾ ਕੁਐਸਚਨ ਹੈ ਵਾ ਇਹਨਾਂ ਵਿੱਚੋਂ ਕਿਹੜਾ ਲੋਕ ਨਾਚ ਮਰਦਾਂ ਦੁਆਰਾ ਨਹੀਂ ਕੀਤਾ ਜਾਂਦਾ ਵਿਚ ਆਫ ਦੀ ਫੋਕ ਡਾਂਸ ਨਾਟ ਪਰਫਾਰਮਡ ਬਾਏ men ਚਾਰ ਆਪਸ਼ਨ ਨੇ ਭੰਗੜਾ ਗਿੱਧਾ ਲੁੱਡੀ ਜਾਂ ਸੰਮੀ ਠੀਕ ਹੈ ਫੋਕ ਡਾਂਸ ਠੀਕ ਹੈ ਤੇ ਪੰਜਾਬ ਦੇ ਮੇਲੇ ਇੱਕ ਇਕਲਾ ਇਕਲਾ ਟੌਪਿਕ ਤੁਹਾਨੂੰ ਮੈਂ ਇੱਕ ਇੱਕ ਵੀਡੀਓ ਤੇ ਸਪੈਸ਼ਲ ਆਉਗੀ ਠੀਕ ਹੈ ਇੱਕ ਇੱਕ ਜ਼ਿਲ੍ਹੇ ਤੇ ਵੀ ਆਪਾਂ ਵੀਡੀਓ ਪਾਵਾਂਗੇ ਇਕਲੇ ਇਕਲੇ ਜ਼ਿਲ੍ਹੇ ਨੂੰ ਆਪਾਂ ਕਵਰ ਕਰਾਂਗੇ ਜਿਹੜੀ ਚੀਜ਼ ਉੱਤੇ ਫੇਮਸ ਹੈ ਠੀਕ ਹੈ ਜੀ ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਹੈ ਆਨਸਰ ਨੰਬਰ 4 ਸਮਮੀ ਸਮਮੀ ਇਹ ਇਹ ਔਰਤਾਂ ਦੁਆਰਾ ਠੀਕ ਹੈ ਡਾਂਸ ਹੈ ਜਿਹੜਾ ਇਹ ਤਾਂ ਇਹ ਤੁਸੀਂ ਸੁਣਿਆ ਹੋਊਗਾ ਮੈਂ ਵਾਰੀ ਮੈਂ ਵਾਰੀ ਮੇਰੀ ਸਮਮੀ ਹੈ ਨਾ ਉਹ ਤੁਸੀਂ ਸੌਂਗ ਆਪਾਂ ਸੁਣੀ ਹੋਇਆ ਹੈ ਤੇ ਇਹ ਲੇਡੀਆਂ ਦੁਆਰਾ ਪਰਫਾਰਮ ਕੀਤਾ ਜਾਂਦਾ ਹੈ ਭੰਗੜਾ ਜਿਹੜਾ ਇਹ ਕਾਮਨ ਹੈ ਔਰਤਾਂ ਵੀ ਕਰਦੀਆਂ ਮਰਦ ਵੀ ਕਰਦੇ ਗਿੱਧਾ ਵੀ ਕਾਮਨ ਹੈ ਠੀਕ ਹੈ ਲੁੱਡੀ ਵੀ ਜ਼ਿਆਦਾਤਰ ਕਾਮਨ ਹੀ ਹੈ ਠੀਕ ਹੈ ਗਿੱਧਾ ਵੀ ਆਪਾਂ ਦੇਖਨੇ ਕਿਉਂਕਿ ਮਰਦਾਂ ਦਾ ਵੀ ਗਿੱਧਾ ਹੁੰਦਾ ਹੈਗਾ ਠੀਕ ਹੈ ਮਲਵਾਈ ਕਿੱਦਾਂ ਠੀਕ ਹੈ ਤਾਂ ਇਹਦਾ ਜਿਹੜਾ ਆਨਸਰ ਹੈ ਉਹ ਆਨਸਰ ਨੰਬਰ 4 ਸਮੀ ਅੱਜ ਦੇ ਸੈਸ਼ਨ ਦਾ ਆਪਣਾ ਲਾਸਟ ਜਿਹੜਾ ਕੁਐਸਚਨ ਹੈ ਇਹ ਕੁਐਸਚਨ ਵੀ ਮੈਂ ਪੇਪਰਾਂ ਦੇ ਵਿੱਚ ਦੇਖਿਆ ਹੋਇਆ ਹੈ ਮਨੀਕਰਨ ਸਾਹਿਬ ਗੁਰਦੁਆਰਾ ਕਿਹੜੀ ਨਦੀ ਦੇ ਕਿਨਾਰੇ ਤੇ ਸਥਿਤ ਹੈ ਗੁਰਦੁਆਰਾ ਸ੍ਰੀ ਮਨੀਕਰਨ ਸਾਹਿਬ ਸਿਚੁਏਟਿਡ ਐਟ ਦੀ ਬੈਂਕ ਆਫ ਵਿਚ ਰਿਵਰ ਠੀਕ ਹੈ ਇਹ ਦੇਖਿਆ ਬਿਸ਼ੱਕ ਘੱਟ ਹੈ ਬਟੇ ਆਉਣ ਦੇ ਚਾਂਸ ਬਹੁਤ ਹੈ ਠੀਕ ਹੈ ਵੈਸੇ ਆਇਆ ਹੋਇਆ ਹੈ ਪੇਪਰਾਂ ਦੇ ਵਿੱਚ ਪਰ ਅੱਗੇ ਇਹ ਆਉਣ ਦੇ ਚਾਂਸ ਬਹੁਤ ਜ਼ਿਆਦਾ ਨਹੀਂ ਠੀਕ ਹੈ ਬਹੁਤ ਇੰਪੋਰਟੈਂਟ ਕੁਐਸਚਨ ਹਨ ਨੂੰ ਚੰਗੀ ਤਰ੍ਹਾਂ ਯਾਦ ਕਰ ਲਿਓ ਚਾਰ ਤੁਹਾਡੇ ਕੋਲੇ ਆਪਸ਼ਨ ਨੇ ਸਤਲੁਜ ਬਿਆਸ ਪਾਰਬਤੀ ਜਾਂ ਰਾਵੀ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਹੈ ਆਨਸਰ ਨੰਬਰ 3 ਪਾਰਵਤੀ ਨਦੀ ਹੈ ਉਹ ਠੀਕ ਹੈ ਜੀ ਆਪਾਂ ਨੂੰ ਆਪਾਂ ਗਏ ਮਤਲਬ ਸਾਰੇ ਗਏ ਹੋਏ ਨੇ ਇੱਥੇ ਠੀਕ ਹੈ ਆਪਾਂ ਗਏ ਤਾਂ ਜ਼ਰੂਰ ਹੋਏ ਆ ਪਰ ਆਪਾਂ ਨੂੰ ਇਹ ਨਹੀਂ ਪਤਾ ਕਿ ਇਹ ਕਿਹੜੀ ਨਦੀ ਤੇ ਹੈ ਠੀਕ ਹੈ ਤਾਂ ਪਾਰਵਤੀ ਨਦੀ ਹੈ ਇਹ ਠੀਕ ਹੈ ਪਾਰਵਤੀ ਇਹ ਨਦੀ ਟ੍ਰਿਬਿਊਟਰੀ ਹੈ ਬਿਆਸ ਦੀ ਠੀਕ ਹੈ ਇੱਕ ਸਹਾਇਕ ਨਦੀ ਹੈ ਬਿਆਸ ਨਦੀ ਦੀ ਠੀਕ ਹੈ ਤਾਂ ਪਾਰਵਤੀ ਹੈ ਇਹ ਨਦੀ ਦਾ ਨਾਮ ਠੀਕ ਹੈ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਿਓ ਇਹ ਕਈ ਵਾਰੀ ਤੁਹਾਨੂੰ ਜੇ ਮਤਲਬ ਜਿਹੜਾ ਆਪਣਾ ਰਿਲੀਜੀਅਸ ਫੈਕਟ ਦੇ ਨਾਲ ਕੁਸ਼ਨ ਆਉਂਦੇ ਨੇ ਤਾਂ ਉਹਦੇ ਚ ਹੀ ਤੁਹਾਨੂੰ ਕੁਸ਼ਨ ਆ ਸਕਦਾ ਠੀਕ ਹੈ ਤਾਂ ਇਹਨੂੰ ਚੰਗੀ ਤਰ੍ਹਾਂ ਯਾਦ ਕਰ ਲਿਓ ਅੱਜ ਦਾ ਆਪਣਾ ਸੈਸ਼ਨ ਕੰਪਲੀਟ ਹੋ ਗਿਆ ਠੀਕ ਹੈ 10 ਕੁਸ਼ਨ ਆਪਣੇ ਪੂਰੇ ਹੋ ਗਏ ਇਹ ਵੀਡੀਓ ਨੂੰ ਦੋ ਤਿੰਨ ਵਾਰ ਦੇਖ ਲਓ ਤਾਂ ਕਿ ਵਧੀਆ ਤੁਹਾਡੀ ਰਿਵੀਜ਼ਨ ਹੋ ਜੇ ਠੀਕ ਹੈ ਜੀ ਤਾਂ ਜੇ ਤੁਹਾਨੂੰ ਮੇਰੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਤੇ ਪ੍ਰੈਸ ਕਰ ਲਿਓ ਜੁੜੇ ਰਹੋ ਆਪਣੇ ਚੈਨਲ ਨਾਲ ਤੁਹਾਡੀ ਬਹੁਤ ਵਧੀਆ ਤਿਆਰੀ ਆਪ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ